ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਬੇਰੀਆਂ ਦੀ ਸੇਵਾ ਕਰਨ ਪਹੁੰਚੇ ਹਾਂ ਜੀ। ਸੋ ਇਹ ਜਿਹੜੀ ਸੇਵਾ ਹੈ ਉਹ ਕਈ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਨਾ ਸਿਰਫ ਦਰਬਾਰ ਸਾਹਿਬ ਦੇ ਕੰਪਲੈਕਸ ਸਥਿਤ ਬੇਰੀਆਂ ਦੀ ਮਿਲੀ ਹੋਈ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਬਹੁਤ ਸਾਰੇ ਗੁਰਦੁਆਰੇ ਜਿੱਥੇ ਸਾਡੇ ਇਤਿਹਾਸ ਨਾਲ ਜਾਂ ਸਾਡੇ ਧਰਮ ਨਾਲ ਜਿਹੜੇ ਰੁੱਖ ਜੁੜੇ ਹੋਏ ਹਨ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਅਸੀਂ ਕਰ ਰਹੇ ਹਾਂ। ਫਲ ਆਪਣੇ ਆਪ 'ਤੇ ਲਾਹ ਨਹੀਂ ਸਕਦੇ, ਜਦੋਂ ਉੱਪਰੋਂ ਗਿਰਦਾ ਹੈ ਉਹ ਕਈਆਂ ਨੂੰ ਮਿਲ ਜਾਂਦਾ, ਕਰਮਾਂ ਭਾਗਾਂ ਵਾਲਿਆਂ ਨੂੰ ਕਈਆਂ ਨੂੰ ਨਹੀਂ ਮਿਲਦਾ ਹੈਗਾ। ਇਸ ਕਰਕੇ ਵੀ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਜਿਹਨਾਂ ਨੂੰ ਫਲ ਮਿਲ ਜਾਂਦੇ ਨੇ, ਬੱਚਿਆਂ ਦੀ ਔਲਾਦ ਪਰਮਾਤਮਾ ਉਹਨਾਂ ਨੂੰ ਬਖਸ਼ਦੇ ਨੇ ਸੱਚੇ ਪਾਤਸ਼ਾਹ। ਮਹਾਰਾਜ ਦਾ ਸ਼ੁਕਰ ਕਰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇੱਥੇ ਤਾਂ ਬਹੁਤ ਹੀ ਕੋੜੇ ਪਾਪੀ ਸਭ ਤੌਰ 'ਤੇ ਆ, ਰਜਨੀ ਵਰਗੀ ਦੇ ਵੇਖੋ ਤੁਸੀਂ ਕਿੱਦਾਂ ਵਧੇ ਸਨ ਉਹ ਤਰ ਕੇ। ਇਸ ਕਰਕੇ ਮੈਂ ਮਤਲਬ ਲੱਖ ਵਾਰੀ ਸ਼ੁਕਰ ਗੁਜ਼ਾਰ ਕਰਦੀ ਹਾਂ। ਮੈਨੂੰ ਪਤਾ ਚੱਲਿਆ ਕਿ ਇੱਥੇ ਸੇਵਾ ਹੋ ਰਹੀ ਹੈ ਅਤੇ ਮੈਂ ਆਪਣੇ ਆਪ ਨੂੰ ਬੜੇ ਭਾਗੀ ਸਮਝਦੀ ਹਾਂ ਕਿ ਮੈਂ ਸੇਵਾ ਦੇ ਵਿੱਚ ਯੋਗਦਾਨ ਪਾਇਆ। ਸੋ ਅੱਜ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ, ਇਹ ਬੇਰੀਆਂ ਦੀ ਕਾਂਡ ਛਾਂਟ ਵਾਸਤੇ ਸਭ ਤੋਂ ਢੁਕਵਾਂ ਸਮਾਂ ਹੁੰਦਾ, ਕਿਉਂਕਿ ਇਸ ਸਮੇਂ ਜਿਹੜਾ ਹੈਗਾ ਜਿਹੜਾ ਪਿਛਲੇ ਸਾਲ ਦਾ ਫਲ ਆਲਮੋਸਟ ਖਤਮ ਹੋ ਜਾਂਦਾ ਅਤੇ ਨਵੀਂ ਜਿਹੜੀ ਹੈਗੀ ਆ ਪੁਗਾਰ ਨਵਾਂ ਫੁਟਾਰਾ ਬੂਟੇ ਦੇ ਉੱਤੇ ਸ਼ੁਰੂ ਹੋਣ ਵਾਲਾ ਹੁੰਦਾ। ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੇਰੀਆਂ ਦੇ ਉੱਤੋਂ ਅਸੀਂ ਸੁੱਕੀਆਂ ਟੁੱਟੀਆਂ ਬਿਮਾਰ ਜਿਹੜੀਆਂ ਟਾਹਣੀਆਂ ਹੈਗੀਆਂ ਉਹਨਾਂ ਦੀ ਕਾਂਡ ਛਾਂਟ ਕਰਦੇ ਹਾਂ ਤਾਂ ਕਿ ਫਰਦਰ ਇਨਫੈਕਸ਼ਨ ਨਾ ਹੋਵੇ, ਬੂਟੇ ਦੇ ਅੰਦਰ ਤੱਕ ਜਿਹੜੀ ਹੈਗੀ ਉਹ ਧੁੱਪ ਅਤੇ ਹਵਾ ਦਾ ਜਿਹੜਾ ਹੈਗਾ ਪ੍ਰਵਾਹ ਹੋਵੇ। ਇਹਦੇ ਨਾਲ ਜਿਹੜਾ ਹੈਗਾ ਬੂਟੇ ਨੂੰ ਬਿਮਾਰੀ ਕੀੜੇ ਮਕੌੜੇ ਅਤੇ ਜਿਹੜੇ ਹੋਰ ਸਮੱਸਿਆਵਾਂ ਜਿਹੜੀਆਂ ਇਹਨਾਂ ਦਾ ਜਿਹੜਾ ਹੈਗਾ ਉਹ ਖਾਤਮਾ ਹੁੰਦਾ। ਇਸ ਵੇਲੇ ਆਪਾਂ ਦੁੱਖ ਭੰਜਣੀ ਬੇਰੀ ਦੀ ਜਿਹੜੀ ਸਾਡੀ ਕਾਂਡ ਛਾਂਟ ਅਤੇ ਸੇਵਾ ਚੱਲ ਰਹੀ ਹੈ, ਬਹੁਤ ਨਰੋਈ ਬੜੀ ਸਾਫ਼ ਸੁਥਰੀ ਬੇਰੀ ਹੈ। ਤਕਰੀਬਨ ਪਿਛਲੇ 15-16 ਸਾਲਾਂ ਤੋਂ ਅਸੀਂ ਹਰ ਸਾਲ ਅਪ੍ਰੈਲ ਦੇ ਮਹੀਨੇ 'ਚ ਜਿਹੜਾ ਇੱਥੇ ਤਿੰਨਾਂ ਬੇਰੀਆਂ ਦੀ ਕਾਂਡ ਛਾਂਟ ਕਰਦੇ ਹਾਂ, ਜੋ ਕਿ ਬੇਰ ਦੇ ਬੂਟੇ ਦਾ ਇੱਕ ਸੁਭਾਅ ਹੈ। ਜਦੋਂ ਇਹਦੀ ਆਪਾਂ ਸੁੱਕੀਆਂ ਟਾਹਣੀਆਂ ਦੀ ਕਾਂਡ ਛਾਂਟ ਕਰਦੇ ਹਾਂ ਤਾਂ ਇਹਦੇ ਜਿਹੜੇ ਅਗਲੇ ਜੁਲਾਈ ਅਗਸਤ 'ਚ ਨਵੇਂ ਪੱਤੇ ਆਉਂਦੇ ਆ, ਬੜੇ ਨਰੋਏ ਵਧੀਆ ਫਲ ਫੁੱਲ ਫੁਲਾਕਾ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਬੇਰੀਆਂ ਦੀ ਸੇਵਾ ਕਰਨ ਪਹੁੰਚੇ ਹਾਂ ਜੀ। ਸੋ ਇਹ ਜਿਹੜੀ ਸੇਵਾ ਹੈ ਉਹ ਕਈ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਨਾ ਸਿਰਫ ਦਰਬਾਰ ਸਾਹਿਬ ਦੇ ਕੰਪਲੈਕਸ ਸਥਿਤ ਬੇਰੀਆਂ ਦੀ ਮਿਲੀ ਹੋਈ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਬਹੁਤ ਸਾਰੇ ਗੁਰਦੁਆਰੇ ਜਿੱਥੇ ਸਾਡੇ ਇਤਿਹਾਸ ਨਾਲ ਜਾਂ ਸਾਡੇ ਧਰਮ ਨਾਲ ਜਿਹੜੇ ਰੁੱਖ ਜੁੜੇ ਹੋਏ ਹਨ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਅਸੀਂ ਕਰ ਰਹੇ ਹਾਂ। ਸੋ ਅੱਜ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ, ਇਹ ਬੇਰੀਆਂ ਦੀ ਕਾਂਡ ਛਾਂਟ ਵਾਸਤੇ ਸਭ ਤੋਂ ਢੁਕਵਾਂ ਸਮਾਂ ਹੁੰਦਾ, ਕਿਉਂਕਿ ਇਸ ਸਮੇਂ ਜਿਹੜਾ ਹੈਗਾ ਜਿਹੜਾ ਪਿਛਲੇ ਸਾਲ ਦਾ ਫਲ ਆਲਮੋਸਟ ਖਤਮ ਹੋ ਜਾਂਦਾ ਅਤੇ ਨਵੀਂ ਜਿਹੜੀ ਹੈਗੀ ਆ ਪੁਗਾਰ ਨਵਾਂ ਫੁਟਾਰਾ ਬੂਟੇ ਦੇ ਉੱਤੇ ਸ਼ੁਰੂ ਹੋਣ ਵਾਲਾ ਹੁੰਦਾ। ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੇਰੀਆਂ ਦੇ ਉੱਤੋਂ ਅਸੀਂ ਸੁੱਕੀਆਂ ਟੁੱਟੀਆਂ ਬਿਮਾਰ ਜਿਹੜੀਆਂ ਟਾਹਣੀਆਂ ਹੈਗੀਆਂ ਉਹਨਾਂ ਦੀ ਕਾਂਡ ਛਾਂਟ ਕਰਦੇ ਹਾਂ ਤਾਂ ਕਿ ਫਰਦਰ ਇਨਫੈਕਸ਼ਨ ਨਾ ਹੋਵੇ, ਬੂਟੇ ਦੇ ਅੰਦਰ ਤੱਕ ਜਿਹੜੀ ਹੈਗੀ ਉਹ ਧੁੱਪ ਅਤੇ ਹਵਾ ਦਾ ਜਿਹੜਾ ਹੈਗਾ ਪ੍ਰਵਾਹ ਹੋਵੇ। ਇਹਦੇ ਨਾਲ ਜਿਹੜਾ ਹੈਗਾ ਬੂਟੇ ਨੂੰ ਬਿਮਾਰੀ ਕੀੜੇ ਮਕੌੜੇ ਅਤੇ ਜਿਹੜੇ ਹੋਰ ਸਮੱਸਿਆਵਾਂ ਜਿਹੜੀਆਂ ਇਹਨਾਂ ਦਾ ਜਿਹੜਾ ਹੈਗਾ ਉਹ ਖਾਤਮਾ ਹੁੰਦਾ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਸੇਵਾ ਕਰਕੇ ਬਹੁਤ ਮਾਣ ਮਹਿਸੂਸ ਕਰਦੀ ਹੈ ਕਿ ਪਰਮਾਤਮਾ ਨੇ ਇਸ ਯੂਨੀਵਰਸਿਟੀ ਨੂੰ ਇਹ ਜਿਹੜੀ ਹੈਗੀ ਹੈ ਸੇਵਾ ਬਖਸ਼ੀ ਆ। ਸੋ ਇਸ ਸਮੇਂ ਜਿਹੜੀ ਹੈਗੀ ਆ ਅਸੀਂ ਕੁਛ ਜੈਵਿਕ ਪਦਾਰਥਾਂ ਦੇ ਨਾਲ ਇਹਨਾਂ ਦੇ ਉੱਤੇ ਅਸੀਂ ਸਪਰੇਅ ਵੀ ਕਰਦੇ ਹਾਂ ਤਾਂ ਕਿ ਕੀੜੇ ਮਕੌੜੇ ਬਿਮਾਰੀਆਂ ਨਾ ਰੱਖਣ। ਸੋ ਸੰਗਤਾਂ ਨੂੰ ਜਿਹੜੀ ਸਾਡੇ ਵੱਲੋਂ ਅਪੀਲ ਹੈ ਕਿ ਉਹ ਚਾਹੇ ਇੱਥੇ ਜਿਹੜੇ ਹੈਗੇ ਸਾਡੇ ਇਤਿਹਾਸਕ ਰੁੱਖ ਹੈ ਚਾਹੇ ਕਿਸੇ ਵੀ ਥਾਂ 'ਤੇ ਜਿਹੜਾ ਇਤਿਹਾਸਕ ਰੁੱਖ ਹੈ ਉਹਦੇ ਉੱਤੇ ਦੇਗ ਵਾਲੇ
ਜਿਹੜੇ ਹੱਥ ਆ ਜਾਂ ਘਿਓ ਵਾਲੇ ਜਾਂ ਤੇਲ ਵਾਲੇ ਹੱਥ ਨਹੀਂ ਲਾਉਣੇ, ਔਰ ਦਰੱਖਤਾਂ ਦੇ ਥੱਲੇ ਕੋਈ ਤੇਲ ਵਾਲਾ ਦੀਵਾ ਨਹੀਂ ਬਾਲਣਾ। ਬਹੁਤ ਸਾਰੇ ਦਰੱਖਤ ਇਸੇ ਕਰਕੇ ਸੁੱਕ ਜਾਂਦੇ ਆ ਕਿ ਜਦੋਂ ਅਸੀਂ ਉਹਨਾਂ ਨੂੰ ਨਮਕ ਚੜ੍ਹਾਉਂਦੇ ਹਾਂ ਤਾਂ ਨਮਕ ਵਾਲੇ ਜਿਹੜੇ ਹੈਗੇ ਕਈ ਵਾਰੀ ਲਿਫਾਫੇ ਉੱਥੇ ਫਟ ਜਾਂਦੇ ਆ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਜ਼ਮੀਨ ਖਰਾਬ ਹੋ ਜਾਂਦੀ ਆ ਅਤੇ ਉਹਦੇ ਨਾਲ ਵੀ ਬੂਟਾ ਦਾ ਜਿਹੜਾ ਹੈਗਾ ਨੁਕਸਾਨ ਹੁੰਦਾ। ਸੋ ਇਹਦਾ ਧਿਆਨ ਰੱਖਣਾ। ਇੱਕ ਗੱਲ ਹੋਰ ਹੈ ਕਿ ਅਸੀਂ ਜਿਹੜਾ ਹੈਗਾ ਜਿੱਥੇ ਵੀ ਦਰੱਖਤ ਲੱਗੇ ਆ ਉਹਦੇ ਵਾਸਤੇ ਕੱਚਾ ਘੇਰਾ ਜਿਹੜਾ ਹੈਗਾ ਮਿੱਟੀ ਦਾ ਉਹ ਜ਼ਰੂਰ ਰੱਖੀਏ ਤਾਂ ਕਿ ਬੂਟੇ ਨੂੰ ਜਿਹੜੀ ਹੈਗੀ ਆ ਹਵਾ, ਉਹਦੀਆਂ ਜੜ੍ਹਾਂ ਨੂੰ ਹਵਾ ਮਿਲ ਸਕੇ, ਉਹਦੀਆਂ ਬੂਟਿਆਂ ਤੱਕ ਪ੍ਰੋਪਰ ਜਿਹੜੀ ਜੇ ਕੋਈ ਦਵਾਈ ਦੀ ਲੋੜ ਹੈ ਤਾਂ ਉਹਦੀਆਂ ਜੜ੍ਹਾਂ ਤੱਕ ਦਵਾਈ ਪਹੁੰਚ ਸਕੇ। ਬਹੁਤ ਸਾਰੇ ਇਹੋ ਜਿਹੇ ਸਥਾਨ ਹੈਗੇ ਆ ਜਿੱਥੇ ਅਸੀਂ ਬਿਲਕੁਲ ਬੇਰੀ ਦੇ ਮੁੱਢ ਤੱਕ ਜਿਹੜਾ ਹੈਗਾ ਪੱਥਰ ਲਗਾ ਕੇ ਉਹਦਾ ਜਿਹੜਾ ਇੱਕ ਤਰੀਕੇ ਨਾਲ ਸਾਹ ਘੁੱਟਿਆ ਜਾਂਦਾ ਅਤੇ ਬੂਟਾ ਦਾ ਜਿਹੜਾ ਹੈਗਾ ਨੁਕਸਾਨ ਹੋ ਜਾਂਦਾ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਸਾਨੂੰ ਉਹਨਾਂ ਨੇ ਇਹ ਸੇਵਾ ਦਾ ਮੌਕਾ ਬਖਸ਼ਿਆ। ਸੋ ਅਸੀਂ ਲਗਾਤਾਰ ਜਿਹੜੇ ਹੈਗੀ ਇਹਦੀ ਸੇਵਾ ਜਾਰੀ ਰੱਖਾਂਗੇ। ਇੱਕ ਮੈਂ ਸਾਰੀਆਂ ਸੰਗਤਾਂ ਜਾਂ ਪ੍ਰਬੰਧਕਾਂ ਦੇ ਹਿੱਤ ਹੋਰ ਬੇਨਤੀ ਕਰਨਾ ਚਾਹੂੰਗਾ ਕਿ ਅੱਜ ਕੱਲ੍ਹ ਬਹੁਤ ਸਾਰੇ ਦਰੱਖਤਾਂ ਦੇ ਵਿੱਚੋਂ ਖਾਸ ਤੌਰ 'ਤੇ ਬੇਰੀਆਂ ਦੇ ਵਿੱਚ ਜਦੋਂ ਗਰਮੀ ਆਉਂਦੀ ਆ ਜਾਂ ਬਰਸਾਤਾਂ ਦਾ ਗਰਮੀ ਦਾ ਮੌਸਮ ਹੁੰਦਾ ਤਾਂ ਉਸ ਸਮੇਂ ਬੇਰੀ ਦੇ ਵਿੱਚ ਜਿਹੜਾ ਹੈਗਾ ਉਹਦਾ ਸੈਪ ਜਿਹਨੂੰ ਅਸੀਂ ਪਾਣੀ ਕਹਿ ਦਿੰਦੇ ਹਾਂ ਬੇਰੀ ਦੇ ਅੰਦਰ ਜਿਹੜਾ ਹੈਗਾ ਉਹਦੇ ਰਸੇ ਦਾ ਪ੍ਰਵਾਹ ਬਹੁਤ ਵੱਧ ਜਾਂਦਾ ਅਤੇ ਜਿੱਥੇ ਕਈ ਵਾਰੀ ਖੋੜਾਂ ਹੁੰਦੀਆਂ ਜਾਂ ਬੇਰੀ ਦੇ ਵਿੱਚ ਕਰੈਕ ਹੁੰਦੀ ਆ ਤਾਂ ਉੱਥੋਂ ਉਹਦਾ ਜਿਹੜਾ ਹੈਗਾ ਰਸਾ ਜਦੋਂ ਹਵਾ ਦੇ ਨਾਲ ਕੰਟੈਕਟ ਦੇ ਵਿੱਚ ਆਉਂਦਾ ਤਾਂ ਉਹਦਾ ਰੰਗ ਲਾਲ ਹੋ ਜਾਂਦਾ। ਸੋ ਕਈ ਵਾਰੀ ਅਸੀਂ ਇਸ ਵਹਿਮ ਭਰਮ ਦੇ ਵਿੱਚ ਪੈ ਜਾਂਦੇ ਹਾਂ ਕਿ ਬੇਰੀ ਦੇ ਵਿੱਚੋਂ ਜਾਂ ਦਰੱਖਤ ਦੇ ਵਿੱਚੋਂ ਖੂਨ ਰਿਸ ਰਿਹਾ। ਐਕਚੁਅਲ ਦੇ ਵਿੱਚ ਇਹਦੇ ਵਿੱਚ ਜਿਹੜੇ ਫਿਨੋਲਸ ਹੁੰਦੇ ਆ ਉਹਦੀ ਹਵਾ ਦੇ ਨਾਲ ਆਕਸੀਡੇਸ਼ਨ ਹੋ ਜਾਂਦੀ ਆ, ਹਵਾ ਦੇ ਨਾਲ ਜਦੋਂ ਰਿਐਕਟ ਕਰਦਾ ਤਾਂ ਉਹਦਾ ਰੰਗ ਲਾਲ ਹੋ ਜਾਂਦਾ ਅਤੇ ਲਾਲ ਰੰਗ ਦਾ ਜਿਹੜਾ ਉਹ ਤਰਲ ਪਦਾਰਥ ਆ ਉਹ ਨੀਚੇ ਗਿਰਦਾ, ਜਿਹਨੂੰ ਅਸੀਂ ਕਈ ਵਾਰੀ ਮਿਸ ਗਾਈਡ ਕਰ ਜਾਂਦੇ ਹਾਂ ਜਾਂ ਮਿਸਅੰਡਰਸਟੈਂਡ ਕਰ ਜਾਂਦੇ ਹਾਂ ਕਿ ਇਹ ਜਿਹੜਾ ਹੈਗਾ ਬੇਰੀ ਦੇ ਵਿੱਚੋਂ ਖੂਨ ਨਿਕਲਿਆ। ਸੋ ਇਹ ਇੱਕ ਦਰੱਖਤਾਂ ਦਾ ਇੱਕ ਨੋਰਮਲ ਫੀਨੋਮੇਨਾ ਜੀ। ਮੈਂ ਡਾਕਟਰ ਸੰਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫਲਦਾਰ ਬੂਟਿਆਂ ਦੇ ਕੀੜਿਆਂ ਦਾ ਮਾਹਰ ਹਾਂ। ਸੋ ਇਹ ਸਾਡੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਕਈ ਧਾਰਮਿਕ ਸਥਾਨਾਂ 'ਤੇ ਬੇਰੀਆਂ ਦੀ ਅਤੇ ਹੋਰ ਇਤਿਹਾਸਿਕ ਰੁੱਖਾਂ ਦੀ ਜਿਹੜੀ ਸੇਵਾ ਮਿਲੀ ਹੈ। ਤਕਰੀਬਨ 15-16 ਸਾਲਾਂ ਤੋਂ ਸਾਡੀ ਟੀਮ ਜਿਹੜੀ ਇਸ ਸੁਭਾਗੇ ਸਥਾਨ 'ਤੇ ਆ ਰਹੀ ਹੈ। ਤੁਸੀਂ ਦੇਖ ਰਹੇ ਹੋ ਜਿਵੇਂ ਇਸ ਵੇਲੇ ਆਪਾਂ ਦੁੱਖ ਭੰਜਣੀ ਬੇਰੀ ਦੀ ਜਿਹੜੀ ਸਾਡੀ ਕਾਂਡ ਛਾਂਡ ਅਤੇ ਸੇਵਾ ਚੱਲ ਰਹੀ ਹੈ, ਬਹੁਤ ਨਰੋਈ ਬੜੀ ਸਾਫ਼ ਸੁਥਰੀ ਬੇਰੀ ਹੈ। ਤਕਰੀਬਨ ਪਿਛਲੇ 15-16 ਸਾਲਾਂ ਤੋਂ ਅਸੀਂ ਹਰ ਸਾਲ ਅਪ੍ਰੈਲ ਦੇ ਮਹੀਨੇ 'ਚ ਜਿਹੜਾ ਇੱਥੇ ਤਿੰਨਾਂ ਬੇਰੀਆਂ ਦੀ ਕਾਂਡ ਛਾਂਡ ਕਰਦੇ ਹਾਂ, ਜੋ ਕਿ ਬੇਰ ਦੇ ਬੂਟੇ ਦਾ ਇੱਕ ਸੁਭਾਅ ਹੈ। ਜਦੋਂ ਇਹਦੀ ਆਪਾਂ ਸੁੱਕੀਆਂ ਟਾਹਣੀਆਂ ਦੀ ਕਾਂਡ ਛਾਂਡ ਕਰਦੇ ਹਾਂ ਤਾਂ ਇਹਦੇ ਜਿਹੜੇ ਅਗਲੇ ਜੁਲਾਈ ਅਗਸਤ 'ਚ ਨਵੇਂ ਪੱਤੇ ਆਉਂਦੇ ਆ, ਬੜੇ ਨਰੋਏ ਵਧੀਆ ਫਲ ਫੁੱਲ ਫੁਲਾਕਾ ਆਉਂਦਾ ਹੈ। ਕੁਛ ਮੈਂ ਥੋੜ੍ਹੇ ਪਿਛੋਕੜ 'ਚ ਜਾਣਾ ਚਾਹਾਂਗਾ ਜਦੋਂ ਇਹ ਬੇਰੀਆਂ ਸੁੱਕੀਆਂ ਸੀ ਅਤੇ ਜਿਵੇਂ ਸ਼੍ਰੋਮਣੀ ਕਮੇਟੀ ਨੇ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸੰਪਰਕ ਕੀਤਾ, ਸਾਡੀ ਟੀਮ ਬਣੀ। ਸੋ ਬੇਰੀਆਂ ਸੁੱਕਣ ਦਾ ਇੱਕ ਕਾਰਨ ਸੀ ਆਪਣੇ ਜਦੋਂ ਸ਼ਰਧਾਲੂ ਪ੍ਰਸ਼ਾਦ ਲੈ ਕੇ ਜਿਵੇਂ ਲਾਚੀ ਬੇਰੀ ਤੋਂ ਆਪਾਂ ਬਾਹਰ ਨਿਕਲਦੇ ਹਾਂ ਤਾਂ ਬੇਰੀ ਦੇ ਮੁੱਢਾਂ ਦੇ ਉੱਤੇ ਜਾਂ ਦੁੱਖ ਭੰਜਣੀ ਬੇਰੀ ਦੇ ਬੇਰ ਬਾਬਾ ਬੁੱਢਾ ਸਾਹਿਬ ਦੇ ਮੁੱਢਾਂ ਦੇ ਨਾਲ ਆਪਾਂ ਸ਼ਰਧਾ ਵੱਤ ਹੱਥ ਪੂੰਝਦੇ ਸੀ, ਜਿਹਦੇ ਨਾਲ ਉੱਥੇ ਲਾਖ ਦਾ ਕੀੜਾ ਪੈਦਾ ਹੋ ਗਿਆ। ਸੋ ਲਾਖ ਦਾ ਕੀੜਾ ਜਿਹੜਾ ਟਾਹਣੀਆਂ 'ਚੋਂ ਰਸ ਚੂਸਦਾ, ਲਾਲ ਲਾਲ ਖੂਨ ਵਰਗਾ, ਜਿਵੇਂ ਮੇਰੇ ਸਾਥੀ ਡਾਕਟਰ ਬਰਾੜ ਸਾਹਿਬ ਦੱਸ ਕੇ ਗਏ ਨੇ ਕਿ ਲਾਲ ਲਾਲ ਨਿਸ਼ਾਨ ਪੈ ਜਾਂਦੇ ਨੇ, ਉਹ ਲਾਖ ਦਾ ਕੀੜਾ ਹੁੰਦਾ ਜਿਹੜਾ ਡਾਕਖਾਨਿਆਂ 'ਚ ਮੋਹਰ ਦੇ ਤੌਰ 'ਤੇ ਵਰਤੀ ਜਾਂਦੀ ਹੈ ਲਾਖ। ਸੋ ਉਹਦਾ ਉਹ ਇੱਕ ਕੀੜਾ ਹੈ, ਉਹਦੇ ਤੋਂ ਇੱਦਾਂ ਕੋਈ ਵਹਿਮ ਭਰਮ ਨਹੀਂ ਕਰਨ ਦੀ ਲੋੜ ਵੀ ਬੇਰੀ ਵਿੱਚੋਂ ਖੂਨ ਨਿਕਲਣ ਲੱਗ ਪਿਆ। ਜਦੋਂ ਬੇਰੀ ਦੀ ਸੁੱਕੀ ਤਾਂ ਸਾਡੀ ਟੀਮ ਬਣੀ, ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾਤਾਵਰਨ ਪੱਖੀ ਤਰੀਕਿਆਂ ਨਾਲ ਅਸੀਂ ਆਪ ਹੀ ਯੂਨੀਵਰਸਿਟੀ 'ਚ ਮੇਰੀ ਲੈਬੋਰਟਰੀ 'ਚ ਨਿੰਮ ਤੋਂ ਜਾਂ ਧਰੇਕ ਤੋਂ ਦਵਾਈਆਂ ਬਣਾ ਕੇ
ਔਰਗੈਨਿਕ ਤਰੀਕੇ ਦੀਆਂ ਦਵਾਈਆਂ ਉਹੀ ਇੱਥੇ ਸਰੋਵਰ ਹੋਣ ਕਰਕੇ ਉਹੀ ਦਵਾਈਆਂ ਇੱਥੇ ਸਪਰੇਅ ਕਰਦੇ ਹਾਂ। ਨਾਲ ਜਿਹੜੀ ਕਾਂਡ ਛਾਂਡ ਦੇ ਵਿੱਚ ਹੀ ਅਸੀਂ ਲਾਖ ਨੂੰ ਵੀ ਕੱਢ ਦਿੰਦੇ ਹਾਂ। ਸੋ ਪਿਛਲੇ ਇੰਨੇ ਸਾਲਾਂ ਤੋਂ ਲਗਾਤਾਰ ਜਿਹੜੀ ਸਾਡੀ ਟੀਮ ਹੈ ਅਤੇ ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਉਸ ਸਮੇਂ ਦੇ ਪ੍ਰਧਾਨ ਸਾਹਿਬ ਜਾਂ ਸੈਕਟਰੀ ਸਾਹਿਬ ਅਤੇ ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਅਤੇ 71 ਸਰਦਾਰ ਪ੍ਰਤਾਪ ਸਿੰਘ ਜੀ ਅਤੇ 56 ਨੰਬਰ ਕਮਰੇ ਦਾ ਜਿੰਨਾ ਸਟਾਫ ਹੈ ਸਰਦਾਰ ਮਲਕੀਤ ਸਿੰਘ ਹਰੀ, ਇਹਨਾਂ ਵੱਲੋਂ ਭਰਪੂਰ ਸਹਿਯੋਗ ਦੇ ਨਾਲ ਅੱਜ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਦੇਖਦਿਆਂ ਨੂੰ ਕਿ ਜਿਹੜੀਆਂ ਤਿੰਨੇ ਬੇਰੀਆਂ ਇਸ ਵੇਲੇ ਬਹੁਤ ਲੈ ਲਹਾ ਰਹੀਆਂ, ਬੜੀਆਂ ਸੋਹਣੀਆਂ ਚੱਲ ਰਹੀਆਂ, ਨਵੇਂ ਪੱਤੇ ਆ ਰਹੇ ਨੇ। ਮੇਰੀ ਐਜ਼ ਕੀੜਿਆਂ ਦੇ ਮਾਹਰ ਸਾਰੇ ਜਿੱਥੇ ਵੀ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਇਤਿਹਾਸਿਕ ਗੁਰਦੁਆਰਾ ਸਥਾਨ 'ਤੇ ਗੁਰੂ ਸਾਹਿਬਾਨ ਦੇ ਲਗਾਏ ਹੋਏ ਕੋਈ ਧਾਰਮਿਕ ਇਤਿਹਾਸਿਕ ਮਹੱਤਤਾ ਵਾਲੇ ਰੁੱਖ ਨੇ, ਉਹਨਾਂ ਉੱਥੇ ਬੇਨਤੀ ਹੈ ਕਿ ਉਹਨਾਂ ਦਾ ਜਿਹੜਾ ਹੈ ਆਲੇ ਦੁਆਲੇ ਥੋੜ੍ਹਾ ਜਿਹਾ, ਆਪਾਂ ਅੱਜ ਕੱਲ੍ਹ ਹਰ ਜਗ੍ਹਾ 'ਤੇ ਸੰਗਮਰਮਰ ਲਾ ਦਿੰਦੇ ਹਾਂ, ਸੋ ਬੂਟਿਆਂ ਦੇ ਦੁਆਲੇ ਥੋੜ੍ਹਾ ਜਿਹਾ ਗੈਪ ਜ਼ਰੂਰ ਰੱਖਿਆ ਜਾਏ। ਸੰਗਮਰਮਰ ਦੀ ਗਰਮੀ ਦੇ ਨਾਲ ਜਿਹੜੇ ਬੂਟੇ ਸੁੱਕ ਰਹੇ ਆ, ਇਸ ਚੀਜ਼ ਦਾ ਜ਼ਰੂਰ ਜਿੱਥੇ ਤੁਹਾਨੂੰ ਲੋੜ ਪਵੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਸਾਡੀ ਸੇਵਾਵਾਂ ਲਈ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ। ਬੇਰੀ ਦੇ ਵਿੱਚ ਜੇ ਗੱਲ ਕਰੀਏ ਆਪਾਂ, ਚਿੱਟੋ ਨਾਂ ਦੀ ਬਿਮਾਰੀ ਆਉਂਦੀ ਆ, ਜਿਵੇਂ ਡਾਕਟਰ ਸਾਹਿਬ ਡਾਕਟਰ ਸੰਦੀਪ ਜਾਂ ਡਾਕਟਰ ਬਰਾੜ ਨੇ ਦੱਸਿਆ ਕਿ ਬੇਰੀ ਨੂੰ ਸੁੱਕਣ ਦੇ ਕਾਰਨ ਉਹਨਾਂ ਨੇ ਵੱਖ ਵੱਖ ਦੱਸੇ ਨੇ। ਸੋ ਇੱਕ ਜਿਹੜਾ ਕਾਰਨ ਜਿਹੜਾ ਬੇਰੀ ਦੀਆਂ ਟਾਹਣੀਆਂ ਜਾਂ ਫਲ ਸੁੱਕਦੇ ਨੇ ਉਹਦਾ ਕਾਰਨ ਹੈਗਾ ਚਿੱਟੋ ਨਾਂ ਦੀ ਬਿਮਾਰੀ ਆ। ਸੋ ਇਹ ਬਿਮਾਰੀ ਜਿਹੜੀ ਆ ਜਦੋਂ ਫੁੱਲ ਫਲਾਕਾ ਪੈਂਦਾ ਸਤੰਬਰ ਅਕਤੂਬਰ ਦੇ ਵਿੱਚ ਉਦੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈ। ਸੋ ਸਾਲ ਦੇ ਵਿੱਚ ਅਸੀਂ ਜਦੋਂ ਵੀ ਆਉਂਦੇ ਹਾਂ ਜਿੱਥੇ ਵੀ ਬਿਮਾਰੀ ਦੇ ਸਾਨੂੰ ਕਾਂਡ ਦਿਖਦੇ ਆ ਜਾਂ ਲੱਛਣ ਦਿਖਦੇ ਆ, ਅਸੀਂ ਕਾਂਡ ਛਾਂਟ ਕਰਦੇ ਹਾਂ ਸੁੱਕੀਆਂ ਟਾਹਣੀਆਂ ਦੀ। ਸੋ ਉਹਦੇ ਵਿੱਚ ਅਸੀਂ ਨਿੰਮ ਦਾ ਘੋਲ ਜਾਂ ਲਸਣ ਦਾ ਘੋਲ ਜਿਹੜਾ ਸਪਰੇਅ ਕਰਦੇ ਹਾਂ ਬਿਮਾਰੀ ਨੂੰ ਰੋਕਥਾਮ ਦੇ ਲਈ। ਸੋ ਇਸ ਤੋਂ ਇਲਾਵਾ ਜਿੱਥੇ ਵੀ ਹੋਰ ਜਿਵੇਂ ਬੇਰ ਸਾਹਿਬ ਆਪਣਾ ਸੁਲਤਾਨਪੁਰ ਲੋਧੀ ਆ, ਉੱਥੇ ਵੀ ਅਸੀਂ ਦੇਖਭਾਲ ਕੱਲ੍ਹ ਕੀਤੀ, ਕੱਲ੍ਹ ਉੱਥੇ ਗਏ ਸੀ ਪਹਿਲਾਂ। ਸੋ ਇਹ ਜਿਹੜੀ ਸੇਵਾ ਅਸੀਂ ਸਾਲ ਦੇ ਵਿੱਚ ਸਾਰੇ ਗੁਰਦੁਆਰੇ ਪੰਜਾਬ ਦੇ ਵਿੱਚ ਜਿੰਨੇ ਨੇ ਉੱਥੇ ਲਗਾਤਾਰ ਸਾਡੀ ਸੇਵਾ ਚੱਲ ਰਹੀ ਆ। ਸੋ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ, ਬੇਰੀ ਦੇ ਵਿੱਚ ਬਿਮਾਰੀ ਹੈ ਜਿਹੜੀ ਕੋਈ ਭਿਆਨਕ ਨਹੀਂ ਹਮਲਾ ਕਰਦੀ। ਸੋ ਜਿੱਥੇ ਵੀ ਮਾੜੀ ਮੋਟੀ ਬਿਮਾਰੀ ਚਿੱਟੋ ਆਉਂਦੀ ਆ, ਸੋ ਉਹਨੂੰ ਅਸੀਂ ਜੈਵਿਕ ਤਰੀਕਿਆਂ ਨਾਲ ਜਿਹੜੀ ਆ ਜੈਵਿਕ ਤਰੀਕਿਆਂ ਨਾਲ ਉਹਦੀ ਰੋਕਥਾਮ ਜਿਹੜੀ ਕਰ ਸਕਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3 ਪੁਰਾਤਨ ਬੇਰੀਆਂ ਨੇ, ਧਾਰਮਿਕ ਬੇਰੀਆਂ ਜਿਨ੍ਹਾਂ ਨੂੰ ਆਪਣੇ ਇਤਿਹਾਸ 'ਚ ਆਉਂਦੀਆਂ ਨੇ, ਬਾਬਾ ਬੁੱਢਾ ਜੀ ਬੇਰ, ਦੁੱਖ ਭੰਜਣੀ ਬੇਰੀ, ਲਾਚੀ ਬੇਰੀ, ਇਹਨਾਂ ਦੀ ਸਮੇਂ ਸਮੇਂ ਜਿਹੜੀ ਆ ਸੇਵਾ ਹੁੰਦੀ ਰਹਿੰਦੀ ਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਡਾਕਟਰਾਂ ਦੀ ਟੀਮ ਆਉਂਦੀ ਆ, ਸਮੇਂ ਸਮੇਂ ਆਣ ਕੇ ਜਿਹੜੇ ਇਹਨਾਂ ਨੂੰ ਚੈੱਕ ਕਰਦੇ ਰਹਿੰਦੇ ਆ। ਸਾਲ 'ਚ ਇੱਕ ਵਾਰ ਅਪ੍ਰੈਲ ਦੇ ਮਹੀਨੇ 'ਚ ਜਿਹੜੀ ਆ ਉਹਦੀ ਮੁਕੰਮਲ ਕਾਂਡ ਛਾਂਟ ਕਰਦੇ ਆ। ਉਹਦੇ ਤਹਿਤ ਅੱਜ ਜਿਹੜੀ ਆ ਟੀਮ ਖੇਤੀਬਾੜੀ ਯੂਨੀਵਰਸਿਟੀ ਤੋਂ ਆਈ ਆ, ਉਹ ਆਪਣਾ ਸਾਰਾ ਦੇਖ ਕੇ ਉਹਦੀ ਕਾਂਡ ਛਾਂਟ ਕਰ ਰਹੇ ਆ। ਜਿੱਥੇ ਕੋਈ ਲੋੜ ਆ ਕੋਈ ਦਵਾਈ ਦੀ ਜਾਂ ਕੋਈ ਹੋਰ ਦੀ, ਉਹ ਵੀ ਉਹ ਛਿੜਕਾਅ ਕਰ ਰਹੇ ਆ, ਕਿਉਂਕਿ ਇਹ ਇਤਿਹਾਸਕ ਬੇਰੀਆਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ। ਉਹਦੇ ਨਾਲ ਨਾਲ ਜੋ ਕੋਈ ਡਾਕਟਰ ਸਾਹਿਬ ਸਾਨੂੰ ਕਹਿ ਕੇ ਜਾਂਦੇ ਆ ਵੀ ਇਹਦਾ ਕੋਈ ਉਪਰਾਲਾ ਕਰੋ, ਪਿੱਛੇ ਜੇ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਜਿਹੜੇ ਆ ਬੇਰੀਆਂ ਦੇ ਮੋਢੇ ਆ ਉਹਦੇ ਲਾਗੋਂ ਥੋੜ੍ਹਾ ਥੋੜ੍ਹਾ ਪੱਥਰ ਹਟਾ ਕੇ ਹੋਰ ਖਾਲੀ ਕਰੋ, ਉਹ ਕਰਾਇਆ ਗਿਆ। ਫਿਰ ਸਾਨੂੰ ਉਹਨਾਂ ਨੇ ਕਿਹਾ ਵੀ ਸੰਗਤਾਂ ਜਿਹੜਿਆ ਵਾ ਬੇਰੀਆਂ ਨੂੰ ਹੱਥ ਲਾਉਂਦੀਆਂ ਵਾ, ਇਹਦੇ ਜੰਗਲੇ ਲਾਏ ਜਾਣ ਕਿਉਂਕਿ ਸੰਗਤਾਂ ਇਹਨਾਂ ਨੂੰ ਹੱਥ ਨਾ ਲਾਉਣ, ਉਹ ਵੀ ਲਾਏ ਗਏ। ਫਿਰ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਬਾਬਾ ਬੁੱਢਾ ਜੀ ਬੇਰ ਥੱਲੇ ਜਿਹੜੀਆਂ ਸਪੋਰਟਾਂ ਹੋਰ ਦਿਓ, ਉਹ ਵੀ ਕੀਤੀਆਂ ਗਈਆਂ। ਬਾਕੀ ਅੱਗੇ ਵੀ ਜੋ ਸਾਨੂੰ ਡਾਕਟਰ ਸਾਹਿਬ ਕਹਿ ਕੇ ਜਾਣਗੇ ਅਸੀਂ ਉਹਨਾਂ ਦਾ ਮਤਲਬ ਪੂਰਾ ਜਿਹੜਾ ਵਾ ਕੰਮ ਕਰਕੇ ਅਤੇ ਉਹਨਾਂ ਨੂੰ ਦਿਖਾਵਾਂਗੇ ਵੀ ਆਹ ਕਰ ਦਿੱਤਾ ਗਿਆ। ਬਾਕੀ ਅਸੀਂ ਡਾਕਟਰ ਸਾਹਿਬ ਦੀ ਜਿਹੜੀ ਟੀਮ ਆ ਉਹਦਾ ਧੰਨਵਾਦ ਕਰਦੇ ਹਾਂ ਕਿ ਉਹ ਸਮੇਂ ਸਮੇਂ ਆਣ ਕੇ ਜਿਹੜਾ ਵਾ ਉਹ ਇੱਥੇ ਆਣ ਕੇ ਜਿਹੜੀ ਸੇਵਾ ਕਰਦੇ ਆ, ਕਿਉਂਕਿ ਉਹਨਾਂ ਦਾ ਵੀ ਗੁਰੂ ਰਾਮਦਾਸ ਦੇ ਦਰ ਨਾਲ ਪਿਆਰ ਆ।
ਜਿੱਥੇ ਉਹ ਮੁਲਾਜ਼ਮ ਨੇ ਉੱਥੇ ਗੁਰੂ ਰਾਮਦਾਸ ਦੇ ਦਰ ਨਾਲ ਜਿਹੜਾ ਵਾ ਵੱਡੀ ਪੱਧਰ 'ਤੇ ਉਹਨਾਂ ਦਾ ਪਿਆਰ ਹੋਣ ਕਰਕੇ ਉਹ ਸਗੋਂ ਐਡਵਾਂਸ ਹੀ ਸਾਨੂੰ ਫੋਨ ਕਰ ਦਿੰਦੇ ਆ ਵੀ ਅਸੀਂ ਅੱਜ ਆ ਰਹੇ ਹਾਂ, ਤੁਸੀਂ ਆਪਣਾ ਪ੍ਰਬੰਧ ਜਿਹੜਾ ਵਾ ਛਿੜਕਾ ਮੰਨ ਲਓ ਪਾਣੀ ਛਿੜਕਣਾ ਵਾ ਜਾਂ ਹੋਰ ਆ ਪ੍ਰਬੰਧ ਕਰੋ, ਸੇਵਾਦਾਰ ਲਾਓ, ਆਪਾਂ ਉਹ ਜਿਹੜਾ ਕੰਮ ਕਰਨਾ ਵਾ। ਇਹਨਾਂ ਦਾ ਅਸੀਂ ਦਹਿ ਦਿਲੋਂ ਧੰਨਵਾਦ ਕਰਦੇ ਡਾਕਟਰ ਸਾਹਿਬਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੋ ਜਿਹਾ ਮਹਿਸੂਸ ਹੋ ਰਿਹਾ ਤੁਹਾਨੂੰ? ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਨੂੰ ਆਣ ਕੇ। ਅਸੀਂ ਪਟਿਆਲੇ ਤੋਂ ਆਏ ਹਾਂ, ਇਸ ਕਰਕੇ ਪਰਸੋਂ ਤੋਂ ਆਏ ਹਾਂ, 3 ਦਿਨ ਹੋ ਗਏ ਅਸੀਂ। 9 ਤਰੀਕ ਨੂੰ ਵਾਪਸੀ ਆ ਸਾਡੀ, ਸੇਵਾ ਵਾਸਤੇ ਆਏ ਹੋਏ ਹਾਂ ਅਸੀਂ। ਬੇਰੀ ਦੀ ਸੇਵਾ ਹੋ ਰਹੀ ਹੈ ਜੀ? ਹਾਂਜੀ, ਸੇਵਾ ਹੋ ਰਹੀ ਹੈ। ਤੇ ਤੁਹਾਨੂੰ ਕਿਹੋ ਜਿਹਾ ਲੱਗਾ? ਜੀ ਬਹੁਤ ਵਧੀਆ ਹੈ। ਕਿਉਂ ਜਿਹੜੀ ਜ਼ਿਆਦਾ ਵੀ ਨੀਵੇਂ ਟਾਣ ਹੋ ਜਾਂਦੇ ਆ ਉਹਨਾਂ ਦੀ ਫਿਰ ਸੇਵਾ ਕਰਨੀ ਪੈਂਦੀ ਆ ਉਹਨਾਂ ਨੂੰ, ਹੈ ਨਾ ਜੀ। ਇਸ ਕਰਕੇ ਵੀ ਜਦੋਂ ਫਲ ਆਪਣੇ ਆਪ 'ਤੇ ਲਾਹ ਨਹੀਂ ਸਕਦੇ, ਜਦੋਂ ਉੱਪਰੋਂ ਗਿਰਦਾ ਹੈ ਉਹ ਕਈਆਂ ਨੂੰ ਮਿਲ ਜਾਂਦਾ, ਕਰਮਾਂ ਭਾਗਾਂ ਵਾਲਿਆਂ ਨੂੰ ਕਈਆਂ ਨੂੰ ਨਹੀਂ ਮਿਲਦਾ ਹੈਗਾ। ਇਸ ਕਰਕੇ ਵੀ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਜਿਹਨਾਂ ਨੂੰ ਫਲ ਮਿਲ ਜਾਂਦੇ ਨੇ, ਬੱਚਿਆਂ ਦੀ ਔਲਾਦ ਪਰਮਾਤਮਾ ਉਹਨਾਂ ਨੂੰ ਬਖਸ਼ਦੇ ਨੇ ਸੱਚੇ ਪਾਤਸ਼ਾਹ। ਅਤੇ ਇਸ ਕਰਕੇ ਬਹੁਤ ਵਧੀਆ ਹੈ, ਮਹਾਰਾਜ ਸੇਵਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਹੀ ਆਪਣੇ ਖੁਸ਼ ਨਸੀਬ ਮੈਂ ਸਮਝਦੀ ਹਾਂ। ਅੱਜ ਮੈਂ ਘਰੋਂ ਬੜੀ ਉਦਾਸ ਹਾਂ, ਮੈਨੂੰ 2 ਪੋਤਰੀਆਂ ਦਿੱਤੀਆਂ ਰੱਬ ਜੀ ਨੇ, ਅੱਜ ਮੈਨੂੰ ਪੋਤਰਾ ਮਿਲ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅੱਜ ਪਰਮਾਤਮਾ ਨੇ ਮੇਰੇ 'ਤੇ ਕਿਰਪਾ ਕਰਤੀ, ਬਹੁਤ ਹੀ ਜ਼ਿਆਦਾ ਵਿਸ਼ਵਾਸ ਹੈ ਪਰਮਾਤਮਾ ਦਾ। ਮੇਰੇ ਕੋਟਾਨ ਕੋਟਾਨ ਵਾਲੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਆਹ ਬਖਸ਼ਿਸ਼ ਝੋਲੀ ਵਿੱਚ ਪਾ ਦਿੱਤੀ ਹੈ। ਹੁਣ ਮੇਰੇ ਪੂਰਨ ਵਿਸ਼ਵਾਸ ਹੈ ਕਿ ਮੈਨੂੰ ਮਿਲ ਗਿਆ। ਇਹ ਤਾਂ ਬਹੁਤ ਹੀ ਕੁਛ ਦਿੰਦੇ ਆ ਸਾਡੀ ਨੀਤ ਨੀਚ ਮਹਾਰਾਜ ਦਾ ਸ਼ੁਕਰ ਕਰਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇੱਥੇ ਤਾਂ ਬਹੁਤ ਹੀ ਕੋੜੇ ਪਾਪੀ ਸਭ ਤੌਰ 'ਤੇ ਆ, ਰਜਨੀ ਵਰਗੀ ਦੇ ਵੇਖੋ ਤੁਸੀਂ ਕਿੱਦਾਂ ਵਧੇ ਸਨ ਉਹ ਤਰ ਕੇ। ਇਸ ਕਰਕੇ ਮੈਂ ਮੰਨ ਲਓ ਲੱਖ ਵਾਰੀ ਸ਼ੁਕਰ ਕਰ ਗੁਜ਼ਾਰ ਕਰਦੀ ਹਾਂ। ਬਹੁਤ ਹੀ ਹੋਰ ਵੀ ਆਸਾਂ ਬਹੁਤ ਪ੍ਰਾਰਥਨਾ ਪੂਰੀਆਂ ਹੁੰਦੀਆਂ, ਤੰਦਰੁਸਤੀ ਮਾਲਕ ਦਿੰਦਾ। ਇਹ ਸਭ ਤੋਂ ਪਹਿਲਾਂ ਸੱਚਖੰਡ ਇੱਥੇ ਹੀ ਹੈ ਧਰਤੀ 'ਤੇ, ਇੱਕ ਸੱਚਖੰਡ ਉੱਪਰਲਾ ਆ, ਇੱਕ ਖੰਡ ਨੇ ਜਿਹੜਾ ਨੀਚੇ ਆ। ਇਹ ਜ਼ਿਆਦਾ ਪਹਿਲੇ ਨੰਬਰ 'ਤੇ, ਉੱਪਰਲੇ ਵਾਲੇ ਨੂੰ ਸਾਨੂੰ ਤਾਂ ਪਹਿਲੇ ਨੰਬਰ 'ਤੇ ਜਾਪਦਾ, ਕਿਉਂਕਿ ਉੱਪਰ ਤਾਂ ਆਪਾਂ ਕਿਸੇ ਵੇਖਣਾ ਜਾ ਕੇ ਵੇਖਣਾ ਆ, ਇਹ ਸਾਨੂੰ ਇੱਥੇ ਹੁਣ ਹੀ ਦਿਸਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਬਹੁਤ ਸ਼ੁਕਰ ਕਰਦੀ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮੇਰੀ ਝੋਲੀ 'ਚ ਖੈਰ ਪਾ ਦੇ। ਮੈਨੂੰ ਪਤਾ ਚੱਲਿਆ ਕਿ ਇੱਥੇ ਸੇਵਾ ਹੋ ਰਹੀ ਹੈ, ਅਤੇ ਮੈਂ ਆਪਣੇ ਆਪ ਨੂੰ ਬੜੇ ਭਾਗੀ ਸਮਝਦੀ ਹਾਂ ਕਿ ਮੈਂ ਸੇਵਾ ਦੇ ਵਿੱਚ ਯੋਗਦਾਨ ਪਾਇਆ। ਇੱਥੇ ਜੀ ਸ਼ਰਧਾ ਭਾਵਨਾ ਨਾਲ ਜੋ ਵੀ ਕੋਈ ਇਸ਼ਨਾਨ ਕਰਦਾ ਹੈਗਾ, ਮਹਾਰਾਜ ਉਹਦੇ ਸਾਰੇ ਰੋਗ ਕੱਟ ਲੈਂਦੇ ਨੇ। ਅਤੇ ਅੱਜ ਮੈਨੂੰ ਵੀ ਪੂਰਨ ਵਿਸ਼ਵਾਸ ਹੈ ਕਿ ਮਹਾਰਾਜ ਮੇਰਾ ਵੀ ਰੋਗ ਜ਼ਰੂਰ ਦੂਰ ਕਰਨਗੇ। ਧੰਨ ਗੁਰੂ ਰਾਮਦਾਸ ਦੀ ਕਿਰਪਾ ਜੀ ਨਾਲ ਕਹਿ ਰਹੀ ਹਾਂ ਕਿ ਪਰਮਾਤਮਾ ਸਭ ਦੇ ਦੁੱਖ ਦੁਰੇਦਰ ਦੂਰ ਕਰਨਗੇ। ਆਪਣੇ ਆਪ 'ਤੇ ਲਾਹ ਨਹੀਂ ਸਕਦੇ।